ਅਤੇ ਸਾਕ ਸੰਬੰਧੀ ਸੰਜਣ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਸਰੀਰਕ ਤੌਰ 'ਤੇ ਸਦੀ ਦੀ ਵਿਛੋੜਾ ਦੇ ਗਏ। ਅੱਜ ਉਹਨਾਂ ਦੀ ਪਾਵਨ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੈ ਔਰ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਧੰਨ ਧੰਨ ਸਾਹਿਬ ਗੁਰਦਾਸ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਦੇ ਯਾਦ ਮੌਜੂਦਾ ਸੁਮਨ ਪ੍ਰਵਾਹ ਵੱਲੋਂ ਇਸ ਪਾਵਨ ਪਵਿੱਤਰ ਅਸਥਾਨ 'ਤੇ ਪ੍ਰਾਰੰਭ ਕਰਵਾਏ। ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ ਨੇ ਬਾਣੀ ਦਾ ਲਾਭ ਕੀਤਾ ਹੈ, ਉਪਰੰਤ ਦਾਸਾਂ ਨੂੰ ਮਹਿਕਮਿਆ ਸ਼ਰਧਾ ਸੁਮਨ ਅਰਪਿਤ ਕਰਨ ਵਾਸਤੇ ਤੋਂ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਤੁਸੀਂ ਅਸੀਂ ਆਪਾਂ ਸਾਰੇ ਮਾਤਾ ਸਤਿਆ ਦੇਵੀ ਜੀ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਵਾਸਤੇ ਉਚੇਚੇ ਤੌਰ 'ਤੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸ਼ਿਸ਼ੋ ਅਤੇ ਬਿਰਾਜਮਾਨ ਹੈ। ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀ, ਜਿਤਨੀ ਕੁ ਬੀਬੀ ਸਤਿਆ ਜੀ ਨੂੰ ਸਵਾਸਾਂ ਦੀ ਪੂੰਜੀ ਪਰਿਵਾਰ ਦੇ ਨਾਲ ਸਾਕ ਸੰਬੰਧੀ ਰਿਸ਼ਤੇਦਾਰਾਂ ਦੇ ਨਾਲ ਮਿਲਵਰਤਨ ਦੀ ਸਾਂਝ ਜਿੰਨੀ ਵੀ ਮਾਲਕ ਨੇ ਬਖਸ਼ਿਸ਼ ਕੀਤੀ ਹੈ ਉਹ ਆਪਣੀ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਬੇਗਮਪੁਰੇ ਵਤਨ ਦੇ ਵਾਸੀ ਬਣ ਗਏ। ਮੌਜੂਦਾ ਪਰਿਵਾਰ ਉਹਨਾਂ ਨੂੰ ਯਾਦ ਕਰ ਰਿਹਾ ਹੈ, ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕਰ ਰਿਹਾ ਹੈ। ਤੋ ਗੁਰੂ ਪਿਆਰੇ ਸਾਧ ਸੰਗਤ ਜੀ ਤਵੱਜੋ ਦੇਣੀ, ਗੁਰੂ ਮਹਾਰਾਜ ਜੀ ਦੀ ਬਾਣੀ ਦਾ ਕਥਨ ਹੈ, ਜੋ ਦਿਨ ਆਵਰ ਸੋ ਦਿਨ ਜਾਹੀ, ਕਰਨਾ ਪੂਜ ਰਹਿਣ ਫਿਰ ਨਾਹੀ। ਇੱਥੇ ਫਿਰ ਰਹਿਣ ਵਾਲੀ ਕੋਈ ਵਸਤੂ ਨਹੀਂ ਔਰ ਗੁਰੂ ਗ੍ਰੰਥ ਸਾਹਿਬ ਸੰਗਤ ਜੀ ਜੋ ਵੀ ਜੀਵ ਮਾਤਾ ਦੇ ਗਰਭ 'ਚੋਂ ਜਿਨ ਜਨਮ ਲਿਆ ਇੱਕ ਦਿਨ ਮੌਤ ਨੇ ਆਪਣੀ ਦਸਤਕ ਦੇਣੀ ਹੈ, ਉਹ ਚਾਹੇ ਅਮੀਰ ਆ ਅਤੇ ਚਾਹੇ ਗਰੀਬ ਹੈ ਅਤੇ ਚਾਹੇ ਫਕੀਰ ਹੈ। ਤੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੀਵ ਉਸ ਅਕਾਲ ਪੁਰਖ ਪ੍ਰਭੂ ਪ੍ਰੀਤਮ ਪਿਆਰੇ ਦੇ ਹੁਕਮ ਦੇ ਅਨੁਸਾਰ ਹੀ ਇਸ ਸੰਸਾਰ 'ਤੇ ਆਉਂਦਾ, ਆਪਣੀ ਜੀਵਨ ਯਾਤਰਾ ਨੂੰ ਸੰਪੂਰਨ ਕਰਦਾ ਹੋਇਆ ਔਰ ਹੁਣ ਵਾਪਸ ਉਸ ਪ੍ਰਭੂ ਪ੍ਰੀਤਮ ਪਿਆਰੇ ਦੇ ਚਰਨਾਂ 'ਚ ਜਾ ਬਿਰਾਜਮਾਨ ਹੁੰਦਾ। ਜਿਹੜਾ ਮੌਕੇ ਦਾ ਮੌਜੂਦਾ ਪਰਿਵਾਰ ਹੈ, ਜੋ ਜੀਵ ਨੇ ਪਰਿਵਾਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ, ਤੋ ਮੌਜੂਦਾ ਪਰਿਵਾਰ ਉਹਨਾਂ ਨੂੰ ਯਾਦ ਕਰਦਾ ਹੈ। ਤੋ ਗੁਰੂ ਪਿਆਰੇ ਸਾਧ ਸੰਗਤ ਜੀ ਤਵੱਜੋ ਦੇਣੀ,
ਗੁਰੂ ਲੋਕਾਂ ਨੇ ਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕੀਤਾ ਹੈ, ਅਸੀਂ ਅਲਪਕ ਜੀਵ ਆ, ਦੁਨਿਆਵੀ ਜੀਵ ਹੈ, ਕਈ ਵਾਰ ਅਸੀਂ ਬੇਮਸ ਹੋ ਜਾਂਦੇ ਹੈ ਕਿ ਸਾਡੇ ਤੋਂ ਸਾਡਾ ਪਰਿਵਾਰਕ ਮੈਂਬਰ ਵਿਛੜ ਗਿਆ, ਸਾਡਾ ਕੀ ਬਣੇਗਾ, ਸਾਨੂੰ ਕਿਹੜੇ ਹਵਾਲੇ ਕਰਕੇ ਚਲ ਗਿਆ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਚੌਦਵੀਂ ਸਦੀ ਚ ਧੰਨ ਸਤਿ ਗੁਰਦਾਸ ਮਹਾਰਾਜ ਉਹਨਾਂ ਨੇ ਤੁਸਾਂ ਅਸਾਂ ਆਪਾਂ ਸਾਰਿਆਂ ਨੂੰ ਸਮਝਾਉਣਾ ਕੀਤਾ ਬਾਣੀ ਰਾਣੀ। ਗੁਰੂ ਮਹਾਰਾਜ ਜੀ ਬਾਣੀ ਦੇ ਅੰਦਰ ਇਸ਼ਾਰਾ ਕਰਦੇ ਨੇ, ਜਿਨ ਜੋ ਦੀਆ ਸੁਰਜਿਤ ਅਮਰਾਵਾ, ਸਭ ਘੱਟ ਪੀਤਰ ਹਾਟ ਚਲਾਵਾ। ਭਾਵ ਜਿਸ ਪ੍ਰਭੂ ਪ੍ਰੀਤਮ ਪਿਆਰੇ ਨੇ ਇਸ ਵਾਸਾਂ ਦੀ ਪੂੰਜੀ ਦਿੱਤੀ ਹੈ ਔਰ ਉਹ ਬਾਕੀ ਦੇ ਜੀਵਨ ਦਾ ਵੀ ਉਹ ਪ੍ਰਬੰਧ ਕਰੇਗਾ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹੈ ਕਿ ਜਿਵੇਂ ਅੱਜ ਆਪਾਂ ਬੀਬੀ ਸੰਧਿਆ ਦੇਵੀ ਜੀ ਨੂੰ ਯਾਦ ਕਰ ਰਹੇ ਹੈ ਕਿ ਉਹ ਸੰਸਾਰਕ ਯਾਤਰਾ ਪੂਰੀ ਕਰਕੇ ਚਲੇ ਗਏ ਇਸ ਦੁਨੀਆ ਤੋਂ। ਤੋ ਗੁਰੂ ਰਵਿਦਾਸ ਜੀ ਕਹਿੰਦੇ ਨੇ, ਸੰਗ ਚਲਤ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਭਾਵ ਇੱਥੇ ਸੰਗੀ ਸਾਥੀ ਸਮੇਂ ਸਮੇਂ 'ਤੇ ਜਦੋਂ ਉਹਦਾ ਬੁਲਾਵਾ ਆਇਆ ਤਾਂ ਫਿਰ ਇੱਥੇ ਜੋ ਵੀ ਧਰਿਆ ਧਰਾਇਆ, ਜੋ ਵੀ ਇੱਥੇ ਸਾਡੀਆਂ ਇਸ਼ਾਵਾਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ। ਤੋ ਗੁਰੂ ਪਿਆਰੇ ਸਾਧ ਸੰਗਤ ਜੀ, ਜਦੋਂ ਉਹਦਾ ਬੁਲਾਵਾ ਆ ਜਾਂਦਾ ਤਾਂ ਫਿਰ ਕਿਸੇ ਦੇ ਬਸ ਦੀ ਗੱਲ ਨਹੀਂ ਰਹੀ। ਤੋ ਫਿਰ ਉਹਦਾ ਹੁਕਮ, ਉਹਦਾ ਭਾਣਾ ਮੰਨਣਾ ਪੈਂਦਾ ਅਤੇ ਉਹਦੀ ਰਜ਼ਾ 'ਚ ਰਹਿਣਾ ਪੈਂਦਾ। ਵੈਸੇ ਸਤਿਪੁਰਸ਼ ਅਤੇ ਵਿਦਵਾਨ ਗਿਆਤਾਵਾਨ ਮਹਾਂਪੁਰਖ ਗੁਰੂ ਲੋਕ ਉਹ ਸਮਝਾਉਣਾ ਕਰਦੇ ਨੇ। ਕਿਸੇ ਨੇ ਆਖਿਆ, ਇੰਨੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ। ਲਿਖਣ ਵਾਲੇ ਨੇ ਲਿਖਿਆ, ਇੰਨੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ, ਟੁਰ ਜਾਣ ਇੱਕ ਵਾਰ ਤੇ ਮਾਵਾਂ, ਬੋਲੋ ਲੱਭਦੀਆਂ ਨਹੀਂ। ਭਾਵ ਜਦੋਂ ਮਾਤਾ ਚਲੇ ਜਾਂਦੀ ਹੈ, ਤੁਸੀਂ ਦੁਨੀਆ ਦੀ ਹਰ ਇੱਕ ਚੀਜ਼, ਹਰ ਇੱਕ ਸ਼ਹਿਰ ਮਹਿੰਗੀ ਸਸਤੀ ਦੂਰੋਂ ਨੇੜਿਓ ਦੇਸ਼ ਵਿਦੇਸ਼ ਤੋਂ ਪ੍ਰਾਪਤ ਕਰ ਸਕਦੇ ਹੈ। ਮਾਲਕ ਨੇ ਹਿੰਮਤ ਅਤੇ ਫੁਰਸਤ ਬਖਸ਼ਿਸ਼ ਕੀਤੀ ਹੈ, ਲੇਕਿਨ ਧਿਆਨ ਦੇਣਾ, ਜਦੋਂ ਜਨਮ ਦੇਣ ਵਾਲੀ ਮਾਂ ਇੱਥੋਂ ਅਲਵਿਦਾ ਕਹਿ ਲੈ ਤਾਂ ਫਿਰ ਪਾਪਾਂ ਦੁਨੀਆ ਭਰ ਦੀ ਦੌਲਤ
ਦੁਨੀਆਂ ਭਰ ਦਾ ਜੋ ਵੀ ਭੰਡਾਰ ਆ ਉਹ ਮੋਹਰੇ ਰੱਖਦੇ ਹੋ, ਲੇਕਿਨ ਮਾਂ ਨਹੀਂ ਮਿਲਦੀ। ਆਪ ਜੀ ਦੇ ਚਰਨਾਂ 'ਚ, ਮਹਾਰਾਜ ਦੇ ਚਰਨਾਂ 'ਚ ਬਹਿ ਕੇ ਇੱਕੋ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆ, ਤੁਸੀਂ ਅਸੀਂ ਆਪਾਂ ਗੁਰੂਆਂ ਦੇ ਗੁਰੂ ਯੰਤਰ ਨੂੰ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਆਸਥਾ ਅਤੇ ਸ਼ਰਧਾ ਰੱਖਦੇ ਹਾਂ, ਆਪਾਂ ਉਹਨਾਂ ਨੂੰ ਆਪਣਾ ਈਸ਼ਟ ਗੁਰੂ ਮੰਨਦੇ ਹੈ, ਆਪਣਾ ਰਹਿਬਰ ਔਰ ਪੈਗੰਬਰ ਮੰਨਦੇ ਹੈ। ਤੋ ਇੱਕੋ ਇੱਕ ਬੇਨਤੀ ਹੈ ਸਾਧ ਸੰਗਤ ਜੀ, ਵੀ ਜੀਂਦੇ ਜੀ ਆਪਣੇ ਬਜ਼ੁਰਗਾਂ ਦੀ, ਆਪਣੇ ਮਾਤਾ ਪਿਤਾ ਦੀ ਜੀਂਦੇ ਜੀ ਸੇਵਾ ਕਰਕੇ ਅਸੀਸ ਲਓ। ਜੀਂਦੇ ਜੀ ਆਪਣੇ ਮਾਤਾ ਪਿਤਾ, ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਉਹਨਾਂ ਦੀ ਅਸੀਸ ਪ੍ਰਾਪਤ ਕਰੋ। ਤੋ ਉਹਨਾਂ ਦੀ ਦਿੱਤੀ ਹੋਈ ਅਸੀਸ ਕਦੀ ਬੇਅਰਥ ਨਹੀਂ ਜਾਏਗੀ। ਧਿਆਨ ਦੇ ਨਾਲ ਕਿਸੇ ਨੇ ਲਿਖਿਆ, ਕਹਿੰਦਾ ਕਵੀ ਪਿਆਰ ਤੇ ਪਿਆਰ ਸੇ ਤੋਂ ਪਾਣੀ ਪਲਾਇਆ ਨਹੀਂ, ਕਵੀ ਪਿਆਰ ਸੇ ਤੋਂ ਪਾਣੀ ਪਲਾਇਆ ਨਹੀਂ, ਬਾਅਦ ਮੈਂ ਅੰਮ੍ਰਿਤ ਤੋਂ ਪਲਾਣੇ ਕਾ ਕਿਆ ਪਾਇਆ। ਅਸੀਂ ਆਪਣੇ ਮਾਤਾ ਪਿਤਾ, ਆਪਣੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਾਨੂੰ ਇਸ ਮਕਾਮ ਤੱਕ, ਇਸ ਮੰਜ਼ਿਲ ਤੱਕ ਮਿਹਨਤ ਪੂਰਿਆ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਔਰ ਸਾਨੂੰ ਗੰਦ ਗੋਤ ਤੋਂ ਕੱਢ ਕੇ ਇਸ ਸੰਦੇਸ਼ਾਂ ਦੇ ਇਹਨਾਂ ਮੁਰਾਦਿਆਂ 'ਤੇ ਪਹੁੰਚਾਇਆ। ਤੋ ਗੁਰਮੁਖ ਪਿਆਰਿਓ, ਜੇਕਰ ਅਸੀਂ ਉਹਨਾਂ ਨੂੰ ਪਾਣੀ ਦਾ ਮੁੱਢ ਨਹੀਂ ਦੇ ਸਕੇ, ਰੁੱਖਾ ਪਿਸਾ ਰੋਟੀ ਦੀ ਬੁਰਕੀ ਦਾ ਟੁਕੜਾ ਨਹੀਂ ਦੇ ਸਕੇ, ਤੇ ਬਾਅਦ ਦੇ ਵਿੱਚ ਮੂੰਹ 'ਚ ਗੰਦਾ ਗੰਦ ਪਾਉਣ ਨਾਲ ਤਾਂ ਵੱਡੇ ਵੱਡੇ ਅਡੰਬਰ ਰਚਣ ਦਾ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਕੋਈ ਫਾਇਦਾ ਨਹੀਂ। ਬੇਨਤੀ ਕਰਦੇ ਆ, ਕੋਈ ਇੱਦਾਂ ਦੇ ਅਭਾਗੇ ਮਾਂ ਬਾਪ ਨਹੀਂ ਹੋਣੇ ਚਾਹੀਦੇ ਪਰਿਵਾਰ 'ਚ ਜਿਹੜੇ ਮਾਤਾ ਪਿਤਾ ਆਪਣੀ ਸੰਤਾਨ ਦੇ ਬੋਲਾਂ ਨੂੰ ਤੇ ਉਹਨਾਂ ਦੇ ਚਿਹਰੇ ਨੂੰ ਤੇ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਹੋਣ। ਬਹੁਤੇ ਬਜ਼ੁਰਗ ਅਨਾਥ ਆਸ਼ਰਮ 'ਚ ਪਏ, ਬਹੁਤੇ ਬਜ਼ੁਰਗ ਗਰਭ ਆਸ਼ਰਮ 'ਚ ਪਏ। ਤੋ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਦਰਬਦਰ ਕਰਨ ਵਾਸਤੇ ਮਾਲਕ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਆ। ਹੋਰ ਹੋਰ ਆਪਾਂ ਮਿਹਨਤ ਪੂਰਿਆ ਕਰਦੇ ਹਾਂ, ਰੁੱਖੀ ਪਿੱਸੀ ਖਾ ਕੇ ਗੁਜ਼ਾਰਾ ਕਰਦੇ ਹਾਂ, ਲੇਕਿਨ ਕਿੰਨਾ ਚੰਗਾ ਹੋਏ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ, ਉਹਨਾਂ ਦੀਆਂ ਅਸੀਸਾਂ ਲਈਏ ਔਰ ਉਹਨਾਂ ਦਾ ਪਿਆਰ ਲਈਏ। ਔਰ ਗੁਰਮੁਖ ਪਿਆਰਿਓ, ਫਿਰ ਹੀ ਸਾਡਾ ਜੀਵਨ ਸਫਲਾ ਹੋ ਸਕਦਾ। ਧੰਨਵਾਦ ਹੈ ਮਾਤਾ ਸਤਿਆ ਦੇਵੀ ਦੀ, ਮੌਜੂਦਾ ਪਰਿਵਾਰ ਨੇ ਜਿੰਨਾ ਕੁ ਹੋ ਸਕਿਆ ਤਨਦੇਹੀ ਦੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਪ੍ਰਯਾਸ ਪ੍ਰਯਤਨ ਕੀਤਾ, ਚਾਹੀਦਾ ਵੀ ਹੈ। ਗੌਰ ਕਰਿਓ
ਤੇ ਜਦੋਂ ਜੀਵ ਆਖਰੀ ਸਟੇਜ ਤੇ ਆਖਰੀ ਸਵਾਸਾਂ ਤੇ ਹੁੰਦਾ ਤੇ ਜੀਵ ਨੂੰ ਪਤਾ ਲੱਗ ਜਾਂਦਾ ਕਿ ਮੈਂ ਹੁਣ ਜ਼ਿਆਦਾ ਚਿਰ ਪਰਿਵਾਰ 'ਚ ਨਹੀਂ ਰਹਿਣਾ ਤੇ ਮੌਜੂਦਾ ਪਰਿਵਾਰ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਸਾਡੇ ਜਵਾਲਾ ਚਰੀ ਨਹੀਂ ਰਹਿਣਾ। ਤੋ ਗੁਰਮੁਖ ਪਿਆਰੇ ਤਵੱਜੋ ਦੇਣੀ, ਮੌਜੂਦਾ ਪਰਿਵਾਰ ਨੂੰ ਬੇਨਤੀ ਹੈ ਵੀ ਉਹ ਬੇਨਤੀ ਕਰੇ ਵੀ ਜਦੋਂ ਤੂੰ ਸੰਸਾਰ ਤੇ ਨਹੀਂ ਸੀ ਆਇਆ ਤਦ ਵੀ ਕਬੀਲਦਾਰੀ ਤੇ ਦੁਨੀਆਦਾਰੀ ਦੇ ਸੰਸਾਰ ਦੇ ਕਾਰ ਵਿਹਾਰ ਚੱਲਦੇ ਸੀ। ਜਿੰਨਾ ਚਿਰ ਤੇਰੀਆਂ ਚੱਲਦੀਆਂ ਰਹੀਆਂ ਔਰ ਤੂੰ ਰਿਸ਼ਟ ਪੁਸ਼ਟ ਰਿਹਾ ਔਰ ਤੇਰੀ ਹਾਜ਼ਰੀ ਚ ਉਹ ਕਬੀਲਦਾਰੀ ਤੇ ਜ਼ਿੰਮੇਵਾਰੀਆਂ ਤੇ ਫਰਜ ਚੱਲਦੇ ਰਹੇ ਤੇ ਹੁਣ ਤੂੰ ਅੱਖਾਂ ਪੀਕਣੀਆਂ ਤੇਰੇ ਜਾਣ ਤੋਂ ਬਾਅਦ ਵੀ ਇਹ ਦੁਨੀਆ ਦੀ ਕਬੀਲਦਾਰੀ ਤੇ ਜ਼ਿੰਮੇਵਾਰੀਆਂ ਫਰਜ਼ਾਂ ਇਹ ਸਾਰੇ ਚੱਲਦੇ ਰਹਿਣੇ ਹੈ ਤੇ ਜੇਕਰ ਤੈਂ ਕਿਸੇ ਨੂੰ ਮਿਲਣਾ ਜਾਂ ਕਿਸੇ ਦੇ ਦਰਸ਼ਨ ਕਰਨੇ ਹੈ ਤਾਂ ਜੇ ਮਿਲਣਾ ਤੇ ਆਪਣੇ ਸਤਿਗੁਰੂ ਨੂੰ ਮਿਲ ਤੇ ਜੇ ਦਰਸ਼ਨ ਕਰਨੇ ਆ ਤੇ ਆਪਣੇ ਸਤਿਗੁਰੂ ਦੇ ਕਰ ਤੇ ਜੇ ਕੋਈ ਗੱਲ ਕਰਨੀ ਦੁੱਖ ਸੁੱਖ ਕਰਨਾ ਤੇ ਆਪਣੇ ਸਤਿਗੁਰ ਦੇ ਨਾਲ ਕਰ ਸਾਡਾ ਫਿਕਰ ਨਹੀਂ ਕਰਨਾ। ਤੋ ਗੁਰੂ ਰੂਪ ਗੁਰੂ ਪਿਆਰੇ ਸਾਧਸੰਗਤ ਜੀ ਇਹੀ ਬੇਨਤੀ ਹੈ ਤੋ ਜਿਹੜੇ ਸੁਣਦੇ ਹੋਏ ਪਰਿਵਾਰ ਆ ਔਰ ਉਹ ਕਦੀ ਮਾਤਾ ਪਿਤਾ ਨੂੰ ਜੋੜਨ ਨਹੀਂ ਦਿੰਦੇ ਸਮਝਦਾਰ ਪਰਿਵਾਰ ਜਿਹੜੇ ਗੁਰੂ ਵਾਲੇ ਪਰਿਵਾਰ ਔਰ ਜਿਹਨਾਂ ਨੂੰ ਗੁਰੂ ਲੋਕਾਂ ਦੇ ਚਰਨਾਂ ਦੀ ਗੋਟੀ ਮਿਲੀ ਹੈ ਹਾਂ ਦੁੱਖ ਸੁੱਖ ਬਣਿਆ ਆਇਆ ਤਨ ਦੇ ਨਾਲ ਸਰੀਰ ਦੇ ਨਾਲ ਔਰ ਗੁਰਮੁਖ ਪਿਆਰਿਓ ਮਨ ਤਤ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਤਨ ਭਾਵ ਜਦੋਂ ਉਹ ਮੌਤ ਨਹੀਂ ਆਉਣਾ ਤਾਂ ਫਿਰ ਕਿਸੇ ਨੂੰ ਦੱਸ ਕੇ ਤਾਂ ਪੁੱਛ ਕੇ ਨਹੀਂ ਆਉਣਾ ਧਿਆਨ ਦੇਣਾ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇੱਥੇ ਹੀ ਬਸ ਨਹੀਂ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਇਹ ਜੀ ਜੇ ਤੂੰ ਇਹ ਸੰਸਾਰ ਤੇ ਆਇਆ ਤਾਂ ਇੱਕ ਦਿਨ ਮੌਤ ਜ਼ਰੂਰ ਹੈ ਸੋ ਇਸ ਲਈ ਆਪਣੇ ਸਤਿਗੁਰੂ ਨੂੰ ਤੇ ਮੌਤ ਨੂੰ ਚੇਤੇ ਰੱਖਣਾ ਚਾਹੀਦਾ। ਇੰਨੇ ਕੁ ਸ਼ਬਦ ਕਹਿੰਦੇ ਹੋਏ ਰਜ਼ਾ ਲੈਂਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਤੇ ਹੁਣ ਅਗਲਾ ਜਿਹੜਾ ਕਾਰ ਵਿਹਾਰ ਹੈ ਉਹ ਹੁਣ ਆਪ ਦੀ ਕਿਰਪਾ ਸਤਿਗੁਰ ਦੀ ਕਿਰਪਾ ਦੇ ਨਾਲ ਲੰਬੇ ਸਮੇਂ ਲਈ ਚੱਲੇਗਾ। ਤੁਸੀਂ ਸਾਰਿਆਂ ਨੇ ਕਿਰਪਾ ਕਰਕੇ ਅਸੀਸ ਔਰ ਆਸ਼ੀਰਵਾਦ ਦੇ ਕੇ ਬਿਲਕੁਲ ਪਿਆਰ ਅਤੇ ਸਭ ਸੰਤੋਖ ਨਾਲ ਅਮਨਾ ਚੈਨ ਦੇ ਨਾਲ ਪਿਆਰ ਨਾਲ ਬੈਠ ਕੇ ਰੱਬੀ ਬਾਣੀ ਤੁਰਕੀ ਬਾਣੀ ਸਤਖੰਡੀ ਬਾਣੀ ਅੰਮ੍ਰਿਤਮਈ ਬਾਣੀ ਧੰਨ ਸਾਹਿਬ ਗੁਰਦਾਸ ਮਹਾਰਾਜ ਜੀ ਦੇ ਉਹਨਾਂ ਦਾ ਕੀਰਤਨ ਵੈਰਾਗ ਭਾਈ ਕੀਰਤਨ ਭਾਈ ਸਾਹਿਬ ਭਾਈ ਮੰਤਰਾ ਬੇਬੀ ਦੇ ਗੋਹੇ ਵਾਲੇ ਉਹਨਾਂ ਦੀ ਰਸਨਾ ਤੋਂ ਤੁਸੀਂ ਸਰਵਣ ਕਰਿਓ ਧੰਨਵਾਦ। ਜੈ ਗੁਰਦੇਵ ਜੈ ਭੀ ਤੋਂ ਹੋਈਆਂ ਪੁਰਾਣ ਦੀ ਮਾਫ਼ੀ ਆਪ ਸੁਣ
ਸੁੱਚੀ ਸੰਗਤ ਦਾ ਖੁੱਟ ਖੁੱਟ ਧੰਨਵਾਦ ਜੈ ਗੁਰਦੇਵ।